ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਕੱਦੂ ਦਾ ਹਲਵਾ ਬਣਾਵਾਂਗੇ। ਆਹ ਕੱਦੂ ਹੈ ਅਤੇ ਇਹਨੂੰ ਆਪਾਂ ਪਾਣੀ 'ਚ ਪਹਿਲਾਂ ਧੋਵਾਂਗੇ। ਘੀਆ ਕੱਦੂ ਹੈਗਾ, ਆਪਾਂ ਜਿਹੜਾ ਇਸ ਤਰ੍ਹਾਂ ਆਹ ਹੈ ਇਹ ਲਾ ਦਿਆਂਗੇ। ਜੇ ਕੋਈ ਦਾਗ ਹੈ ਤਾਂ ਉਹ ਵੀ ਲਾ ਦਿਆਂਗੇ। ਮਾੜਾ ਜਿਹਾ ਥੱਲੇ ਦਾਗ ਲੱਗਿਆ ਵੀ ਆਹ ਪਤਾ ਨਹੀਂ ਭਾਰ ਭੂਰ ਆਇਆ ਹੁੰਦਾ ਉੱਤੇ। ਹੁਣ ਆਪਾਂ ਇਹਨੂੰ ਕੱਦੂਕਸ਼ ਕਰ ਲਾਂਗੇ। ਲਓ ਕੱਦੂਕਸ਼ ਕਰ ਲਿਆ ਆਪਾਂ ਕੱਦੂ ਸਾਰਾ। ਹੁਣ ਆਪਾਂ ਅੱਗ ਬਾਲਾਂਗੇ ਅਤੇ ਕੜਾਹੀ ਧਰਾਂਗੇ। ਹੁਣ ਆਪਣੀ ਅੱਗ ਬਲਤੀ ਅਤੇ ਕੜਾਹੀ ਧਰਾਂਗੇ। ਘਿਓ ਪਾਵਾਂਗੇ, ਦੇਸੀ ਘਿਓ ਹੈਗਾ, ਕੜਛੀ ਘਿਓ ਦੀ ਪਾਵਾਂਗੇ। ਲਓ ਆਪਣਾ ਘਿਓ ਗਰਮ ਹੋ ਗਿਆ, ਹੁਣ ਆਪਾਂ ਕੱਦੂਕਸ਼ ਕੀਤਾ, ਕੱਦੂ ਪਾਵਾਂਗੇ। ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਇਸ ਤਰ੍ਹਾਂ। ਸਾਰਾ ਪਾਣੀ ਸੁਕਾ ਦਿਆਂਗੇ ਇਹਦਾ। ਕੱਦੂ ਆਪਣਾ ਭੁੱਜੀ ਜਾਂਦਾ, ਵਧੀਆ ਭੁੱਜ ਗਿਆ। ਪਾਣੀ ਵੀ ਥੋੜ੍ਹਾ ਥੋੜ੍ਹਾ ਰਹਿ ਗਿਆ, ਸੁੱਕ ਗਿਆ ਪਾਣੀ ਵੀ। ਅਤੇ ਹੁਣ ਆਪਾਂ ਖੰਡ ਪਾ ਦਿਆਂਗੇ। ਪਾਣੀ ਹੈ ਨਹੀਂ ਗਾ ਵੀ ਮਾੜਾ ਮੋਟਾ, ਇੱਕ ਕੜਛੀ ਖੰਡ ਦੀ ਹੈ। ਹੁਣ ਇਹ ਵੀ ਪਾਣੀ ਛੱਡੂਗੀ ਖੰਡ ਵੀ, ਆਪਾਂ ਇਹਦਾ ਪਾਣੀ ਵੀ ਸੁਕਾਵਾਂਗੇ। ਖੰਡ ਨੇ ਪੂਰਾ ਪਾਣੀ ਛੱਡਤਾ, ਆਪਾਂ ਇਹ ਸੁਕਾਵਾਂਗੇ ਨਾਲੇ ਖੰਡ ਵਾਲਾ ਪਾਣੀ। ਖੰਡ ਦਾ ਪਾਣੀ ਵੀ ਸੁੱਕੀ ਜਾਂਦਾ, ਥੋੜ੍ਹਾ ਹੀ ਰਹਿ ਗਿਆ। ਅਤੇ ਹੁਣ ਆਪਾਂ ਹਰਾ ਪਿਸਤਾ ਅਤੇ ਬਦਾਮ ਅਤੇ ਕਾਜੂ ਇਹ ਪਾਵਾਂਗੇ। ਆਪਾਂ ਥੋੜ੍ਹਾ ਜਿਹਾ ਰੰਗ ਪਾਵਾਂਗੇ।
थोड़ा जिहा इलायची पाउडर पावांगे। जो चंगी तरह पानी सुक गया सवार के बी हैगा हजे थोड़ा थोड़ा खंड का पानी तो फिर आप दुध पावे। पानी सुक गया जो कला घ्यो रह गया घ्यो छड़ता तो हम आप दुध पावे। जिन्ना कौड़ है उन्ना क पावे बहुत पी जाऊ सारा। निक्की गिलासी है दुध की आप हमने दुध भी सुका के थोड़ा जहा 10 मिनट सेक लवा के फिर आप लावे। अपना हलवा बन गया जमा दुध सुख गया जमा तो घ्यो छड़ता है थोड़ा थोड़ा देखो घ्यो छड़ता तो हम आप लावे। बहुत वधिया बनया हलवा थोड़ा जिहा आप रख ले सी हरा पिस्ता काजू बादाम ये आप उत्ते पावांगे। किड्डा वधिया बनया बहुत वधिया बनया हलवा खाण च बहुत स्वाद है। कद्दू का हलवा नाले ठंडा हुंदा है गर्मियां च। जे साडी वीडियो पसंद लगी लाइक करो शेयर करो चैनल नूं सबसक्राइब करो।